ਉਹਨਾਂ ਦੇ ਨੇੜਲੇ ਪਿੰਡ ਮੰਜਾਲੀਆਂ ਕਲਾ ਚ ਨੌਜਵਾਨਾਂ ਵੱਲੋਂ ਮੌਜੂਦਾ ਸਰਕਾਰਾਂ ਤੋਂ ਵਿਕਾਸ ਦੇ ਕੰਮਾਂ ਦੀ ਆਸ ਛੱਡ ਵੱਖਰੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੇ ਤਹਿਤ ਸਮਾਜ ਸੇਵੀ ਭਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਨੌਜਵਾਨਾਂ ਵੱਲੋਂ ਗਲੀਆਂ ਨਾਲੀਆਂ ਦੀ ਸਫਾਈ ਅਤੇ ਬੂਟੇ ਲਾਉਣ ਦਾ ਕੰਮ ਆਰੰਭਿਆ ਗਿਆ। ਇਸ ਮੌਕੇ ਭਿੰਦਰ ਧਾਲੀਵਾਲ ਨੇ ਕਿਹਾ ਕਿ ਉਸਦਾ ਸੁਪਨਾ ਹੈ ਕਿ ਉਸਦਾ ਪਿੰਡ ਪੰਜਾਬ ਦੇ ਪਿੰਡਾਂ ਨਾਲੋਂ ਵੱਖਰਾ ਹੋਵੇ, ਇਸ ਲਈ ਉਸਦੇ ਵੱਲੋਂ ਨੌਜਵਾਨਾਂ ਨਾਲ ਮਿਲ ਕੇ ਪਿੰਡ ਦੀ ਸਫਾਈ ਦਾ ਪੂਰਾ ਜ਼ਿੰਮਾ ਲਿਆ ਗਿਆ। ਅਸੀਂ ਆਪਣੇ ਪਿੰਡ ਨੂੰ ਹਰਿਆ ਭਰਿਆ ਬਣਾਉਣਾ ਚਾਹੁੰਦੇ ਹਾਂ ਅਤੇ ਹਰੇਕ ਪੱਖੋਂ ਸਫਾਈ ਤੌਰ 'ਤੇ ਵੀ ਇਹਨੂੰ ਪੂਰਾ ਵਧੀਆ ਕਰਨਾ ਚਾਹੁੰਦੇ ਹਾਂ ਵੀ ਸਾਡੇ ਪਿੰਡ ਦਾ ਨਾਂ ਵੀ ਵਧੀਆ ਪਿੰਡਾਂ ਦੇ ਨਾਂ ਵਿੱਚ ਆਵੇ। ਜਿਵੇਂ ਹੁਣ ਕੋਈ ਕਈ ਪਿੰਡ ਇਹੋ ਜਿਹੇ ਹੈਗੇ ਜਿਹਨਾਂ ਦੀ ਸਾਫ਼ ਸਫਾਈ ਬਹੁਤ ਵਧੀਆ, ਉਹਨਾਂ ਦਾ ਨਾਂ ਆਉਂਦਾ ਵਾ, ਜਿਵੇਂ ਬੇਗੋਵਾਲ ਪਿੰਡ ਦਾ ਨਾਂ ਆਉਂਦਾ ਹਰਿਆਲੀ ਦੇ ਵਿੱਚ, ਅਤੇ ਕਣ ਅਸੀਂ ਚਾਹੁੰਦੇ ਵੀ ਸਾਡੇ ਪਿੰਡ ਦਾ ਨਾਂ ਵੀ ਪੂਰਾ ਉੱਪਰ ਤੱਕ ਆਵੇ, ਸਾਡੇ ਪਿੰਡ ਦਾ ਨਾਂ ਹੋਵੇ ਇੱਕ ਪੰਜਾਬ ਦੇ ਵਿੱਚ। ਬੂਟੇ ਲਗਾ ਰਹੇ ਹੋ ਤੁਸੀਂ, ਕਿਹੜੇ ਕਿਹੜੇ ਬੂਟੇ ਲਗਾ ਰਹੇ ਹੋ, ਕਿੰਨੇ ਬੂਟੇ ਲਗਾ ਰਹੇ ਹੋ? ਅਸੀਂ ਅੱਜ ਇਹ 200 ਬੂਟਾ ਲਗਾ ਰਹੇ ਹਾਂ, ਸ਼ੁਰੂ ਕੀਤੀ ਆ ਮੈਂ ਜਿਹੜੀ, ਅੱਜ 200 ਬੂਟਾ ਲਾਵਾਂਗੇ ਅਤੇ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਜਿੱਥੇ ਲੋੜ ਹੋਊਗੀ ਬੂਟਿਆਂ ਦੀ, ਕਿਤੇ ਵੀ ਪਿੰਡ ਤੋਂ ਬਾਹਰ ਵੀ ਉਹ ਵੀ ਲਾਵਾਂਗੇ ਅਸੀਂ। ਹੋਰ ਤੁਹਾਨੂੰ ਨਾਲ ਕਿਹਦਾ ਸਹਿਯੋਗ ਮਿਲ ਰਿਹਾ? ਪਿੰਡ ਦੇ ਨੌਜਵਾਨ ਨੇ, ਯਾਰ ਦੋਸਤ ਜਿਹੜੇ ਪਿੰਡ ਦੇ ਨੇ, ਸਾਰਿਆਂ ਦਾ ਸਹਿਯੋਗ ਆ। ਸਿਆਣੇ ਬੰਦੇ ਨੇ ਜਿਵੇਂ ਬਜ਼ੁਰਗ ਸਾਡੇ ਆਏ ਨੇ ਪਹਿਲਾਂ ਬੋਲੇ ਨੇ, ਉਹਨਾਂ ਦਾ ਸਹਿਯੋਗ ਆ ਪੂਰਾ, ਜਾਣੀ ਕਿ ਸਾਰਾ ਪਿੰਡ ਮਤਲਬ ਚੱਲ ਰਿਹਾ ਨਾਲ ਸਾਡੇ ਨਾਲ। ਜਿਹੜੀ ਇਹ ਮੁਹਿੰਮ ਹੈ ਕਦ ਤੱਕ ਚੱਲਦੀ ਰਹੂਗੀ ਤੁਹਾਡੀ ਮਦਦ? ਇਹ ਚੱਲਦੀ ਰਹੂ ਜੀ, ਜਿੰਨਾ ਚਿਰ ਹੋਊਗਾ ਚਲਾਵਾਂਗੇ, ਜਿੰਨਾ ਚਿਰ ਹੈਗੇ ਉਨਾ ਚਿਰ ਚੱਲੂ ਹੈ। ਸਰਕਾਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਸਰਕਾਰਾਂ ਨੇ ਤਾਂ ਕੀ ਕਰਨਾ ਜੀ, ਇਹ ਤਾਂ ਹੁਣ ਆਪਣੇ ਅਸੀਂ ਆਪਣੇ ਲੈਵਲ 'ਤੇ ਕੰਮ ਸ਼ੁਰੂ ਕੀਤਾ ਹੈ, ਤਾਂ ਹਰਿਆਲੀ ਵਾਲਾ ਹੋਰ ਸਾਰਾ, ਹੁਣ ਜੋ ਵੀ ਕੰਮ ਹੋਊਗਾ ਅਸੀਂ ਆਪਣੇ ਲੈਵਲ 'ਤੇ ਯਾਰਾਂ ਦੋਸਤਾਂ ਦੇ ਪਿੰਡ ਦੇ ਸਹਿਯੋਗ ਨਾਲ ਅਸੀਂ ਆਪਣਾ ਸ਼ੁਰੂ ਕੰਮ ਸਾਰਾ ਜਾਰੀ ਰਹੂ ਸਾਡੇ ਵੱਲੋਂ। ਤੁਹਾਨੂੰ ਲੱਗਦਾ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਇਹ ਸਰਕਾਰਾਂ ਦੇ ਕੰਮ ਨੇ ਵੀ ਕਰਵਾਉਣ ਦੇ? ਜੇ ਕੰਮ ਤਾਂ ਸਰਕਾਰਾਂ ਦੀ ਨੇ, ਜੇ ਸਰਕਾਰ ਕਰਦੀ ਹੁੰਦੀ ਤਾਂ ਆਪਾਂ ਅਸੀਂ ਕਾਹਨੂੰ ਕਰਨ ਲੱਗਦੇ ਹਾਂ ਕੰਮ? ਸਾਨੂੰ ਲੋੜ ਹੀ ਨਹੀਂ ਸੀ ਪੈਣੀ ਫਿਰ ਕਰਨ ਦੀ, ਕੰਮ ਤਾਂ ਸਰਕਾਰ ਦੇ ਨੇ ਵੀਰੇ, ਇਸ ਕਰਕੇ ਅਸੀਂ ਹੁਣ ਕੋਈ ਮਦਦ ਲੈਣੀ ਨਹੀਂ ਕਿਸੇ ਸਰਕਾਰ ਤੋਂ, ਆਪਣੇ ਲੈਵਲ 'ਤੇ ਜਿੰਨਾ ਹੋਊਗਾ ਉਹ ਅਸੀਂ ਕੰਮ ਕਰਾਂਗੇ। ਤੁਹਾਨੂੰ ਲੱਗਦਾ ਜਿਹੜੇ ਅੱਜ ਕੱਲ੍ਹ ਨੌਜਵਾਨ ਜਿਹੜੇ ਨਸ਼ਿਆਂ ਵੱਲ ਜਾਂਦੇ ਆ, ਉਹ ਵੀ ਸਾਡੇ ਨਾਲ ਆ ਕੇ ਪਿੰਡ ਦੇ ਕੰਮ ਮੁਹਿੰਮ ਨਾਲ ਲੱਗਣ? ਹਾਂਜੀ ਹਾਂ, ਸਾਰੇ ਲੱਗਣ ਜੀ ਨਾਲ। ਬਾਕੀ ਨਸ਼ੇ ਦੀ ਗੱਲ ਇਹ ਆ ਜੀ, ਹੁਣ ਇਹਦੇ ਵਿੱਚ ਸਰਕਾਰਾਂ ਦਾ ਕੰਮ ਆ, ਹੁਣ ਸਾਡਾ ਪਿੰਡ ਗਰਾਊਂਡ ਹੈ ਨਹੀਂ। ਜੇ ਹੁਣ ਪਿੰਡ ਦੇ ਵਿੱਚ ਗਰਾਊਂਡ ਹੋਊਗਾ, ਸਾਰਾ ਜਿੰਮ ਵਗੈਰਾ ਖੁੱਲ੍ਹੀ ਹੋਊਗੀ, ਤਾਂ ਆਪੇ ਨੌਜਵਾਨ ਨਸ਼ਿਆਂ ਵੱਲ ਨੂੰ ਕੱਢੂਗਾ। ਕੋਈ ਪ੍ਰਬੰਧ ਹੀ ਨਹੀਂ ਹੈਗਾ, ਕੋਈ ਸਮਾਨ ਨਹੀਂ ਉਹਦਾ, ਨਾ ਕੋਈ ਆਉਂਦਾ ਲੈਣ ਨਾ ਦੇਣ, ਕੁਛ ਨਹੀਂ ਹੈਗਾ। ਜੇ ਹੁਣ ਗਰਾਊਂਡ ਹੋਊਗਾ, ਬਣਾ ਕੇ ਦੇਖ ਲਓ ਤੁਸੀਂ, ਗਰਾਊਂਡ ਬਣਾ ਲਓ, ਜੇ ਲੋ ਮੁੰਡੇ ਨੌਜਵਾਨ ਨਾ ਖੇਲਣ, ਤੁਸੀਂ ਮੇਰੇ ਨਾਲ ਗੱਲ ਕਰਿਓ ਆ ਕੇ ਫਿਰ। ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਪਿੰਡ ਨੂੰ ਤੇ ਆਪਣੇ ਮਤਲਬ ਕਿ ਨੌਜਵਾਨਾਂ ਨੂੰ? ਬਸ ਨੌਜਵਾਨਾਂ ਤਾਂ ਇਹ ਆ ਵੀ ਨਸ਼ੇ ਛੱਡੋ, ਆਪਣਾ ਖੇਡਾਂ ਵੱਲ ਹੋਰ ਕੰਮ ਕਾਰ ਆਪਣਾ ਕਰੋ, ਖੇਡਾਂ ਵੱਲ ਲਾਓ। ਨਸ਼ੇ ਨਾਲ ਤਾਂ ਵੀ ਜ਼ਿੰਦਗੀ ਖਰਾਬ ਆ, ਫਾਇਦਾ ਨਹੀਂ ਹੈਗਾ ਨਸ਼ਾ ਕਰਨ ਦਾ, ਤਾਂ ਕੋਈ ਸਰੀਰ ਦਾ ਹੀ ਨੁਕਸਾਨ ਆ। ਉੱਥੇ ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਅਤੇ ਕਾਮਰੇਡ ਕੇਵਲ ਸਿੰਘ ਨੇ ਪਿੰਡ ਦੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਿੰਦਰ ਧਾਲੀਵਾਲ ਦਾ ਇਹ ਪਹਿਲਾ ਸ਼ਲਾਘਾਯੋਗ ਕੰਮ ਨਹੀਂ ਹੈ। ਉਹ ਅਤੇ ਉਸਦਾ ਪਰਿਵਾਰ ਪਹਿਲਾਂ ਵੀ ਸਮੇਂ-ਸਮੇਂ ਸਿਰ ਧਾਰਮਿਕ ਸਮਾਗਮ ਅਤੇ ਹੋਰ ਗਤੀਵਿਧੀਆਂ 'ਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿੰਦੇ ਨੇ। ਨੌਜਵਾਨ ਮੁੰਡਿਆਂ ਦਾ ਬਹੁਤ ਵਧੀਆ ਪਰਲ ਹੈ, ਨਵੀਂ ਸੋਚ ਹੈ ਇਹਨਾਂ ਦੀ, ਅਸੀਂ ਸਾਰੇ ਇਹਨਾਂ ਦੇ ਨਾਲ ਹਾਂ। ਇਹਨਾਂ ਨੇ ਪਹਿਲਾਂ ਵੀ ਜਿਹੜੀ ਸਫਾਈਆਂ ਪਿੰਡ ਦੇ ਵਿੱਚ ਹੋਈਆਂ, ਸਾਰੇ ਪਿੰਡ ਦੇ ਲੋਕ ਸਹਿਯੋਗ ਦਿੰਦੇ ਰਹੇ ਨੇ। ਪਿੰਡ ਦੇ ਪੱਖੋਂ ਅਸੀਂ ਹਰ ਪੱਖੋਂ ਇਹਨਾਂ ਦੀ ਪੂਰੀ ਸਹਾਇਤਾ ਵੀ ਕਰਾਂਗੇ, ਇਹਨਾਂ ਦੀ ਮਦਦ ਵੀ ਕਰਾਂਗੇ, ਔਰ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਤੁਰਾਂਗੇ। ਸਾਰੇ ਪਿੰਡ ਨੂੰ ਅਸੀਂ ਹਰਿਆ ਭਰਿਆ ਬਣਾਉਣ ਲਈ ਇਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ। ਸਰਕਾਰਾਂ ਤੋਂ ਕੀ ਉਮੀਦ ਰੱਖਦੇ ਹੋ? ਸਰਕਾਰਾਂ 'ਤੇ ਕੀ ਉਮੀਦ? ਸਰਕਾਰਾਂ ਤੋਂ ਜੋ ਵੀ ਹੁੰਦੀਆਂ ਨੇ ਗ੍ਰਾਂਟਾਂ ਵਗੈਰਾ, ਸਰਕਾਰਾਂ ਆਉਂਦੀਆਂ ਨੇ, ਉਹ ਆਪੋ ਆਪਣੇ ਹਿਸਾਬ ਦੇ ਨਾਲ ਵੰਡੀਆਂ ਜਾਂਦੀਆਂ ਨੇ। ਉਹ ਪਿੰਡ ਦਾ ਸਰਪੰਚ ਕਿਹੋ ਜਿਹਾ, ਉਹਨੇ ਕਿਸ ਤਰ੍ਹਾਂ ਲਾਉਣੀ ਆ, ਕੀ ਕਰਨਾ, ਉਸ ਪਿੰਡ ਦੀ ਮਿਸਾਲ ਹੈ, ਉਹ ਲੋਕਾਂ ਨੇ ਸਾਰਾ ਕੁਝ ਸਾਹਮਣੇ ਆ, ਉਹ ਕੋਈ ਲੁਕਸ਼ੀ ਵੀ ਗੱਲ ਨਹੀਂ। ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਯੂਥ ਨੌਜਵਾਨ ਜਿਹੜਾ ਕਿ ਨਸ਼ਿਆਂ ਵੱਲ ਜਾ ਰਹੇ ਆ, ਉਹਨਾਂ ਨੂੰ ਉਹ ਬਹੁਤ ਮਾੜੀ ਗੱਲ ਹੈ, ਜੋ ਯੂਥ ਨੌਜਵਾਨ ਨਸ਼ਿਆਂ ਦੇ ਵੱਲ ਜਾ ਰਿਹਾ, ਉਹ ਸਾਨੂੰ ਉਹਦੇ ਬਾਰੇ ਵੀ ਬੀੜਾ ਚੁੱਕਣਾ ਚਾਹੀਦਾ। ਸਾਨੂੰ ਨੌਜਵਾਨ ਨੂੰ ਇਕੱਠੇ ਹੋ ਕੇ ਪਿੰਡ ਦੇ ਵਿੱਚ ਵੀ ਉੱਪਰਲੇ ਲੈਵਲ 'ਤੇ ਵੀ ਇਹਦੇ ਅਸੀਂ ਬਹੁਤ ਵਿਰੋਧ ਵੀ ਕਰਦੇ ਹਾਂ, ਔਰ ਜਿੱਥੇ ਕਿ ਜਾਵਾਂਗੇ ਅਸੀਂ ਹਰ ਪੱਖੋਂ ਵਿਰੋਧ ਕਰਦੇ ਹਾਂ। ਅਸੀਂ ਪਿੰਡ ਦੇ ਵਿੱਚ ਨਸ਼ਾ ਵੇਚਣ ਹੀ ਪਾਉਣਾ, ਪਿੰਡ ਵਿੱਚ ਨਸ਼ਾ ਵੇਚਣ ਵੀ ਦੇਵਾਂਗੇ। ਅਸੀਂ ਇਹਦੇ ਬਾਰੇ ਬਹੁਤ ਹੀ ਪੋਜ਼ਿਟਿਵ ਸੋਚ ਰੱਖਦੇ ਹਾਂ, ਕਿਉਂਕਿ ਅੱਜ ਜੋ ਸਮੇਂ ਦੀ ਲੋੜ ਹੈ ਕਿ ਵਾਤਾਵਰਨ ਨੂੰ ਬਚਾਓ, ਤਾਂ ਹੀ ਧਰਤੀ ਬਚੂਗੀ, ਤਾਂ ਹੀ ਮਨੁੱਖ ਬਚੂਗਾ, ਤਾਂ ਹੀ ਇੱਥੇ ਜਿਹੜੀ ਹੈ ਕੁਦਰਤ ਦੇ ਨਾਲ ਪਿਆਰ ਕਰਨ ਵਾਲੇ ਜਿਹੜੇ ਸਾਰੇ ਲੋਕ ਨੇ, ਅੱਜ ਨੌਜਵਾਨਾਂ ਨੇ ਚਾਹੇ ਛੋਟੇ ਲੈਵਲ 'ਤੇ ਹੀ ਬੀੜਾ ਚੁੱਕਿਆ, ਪਰ ਇਹ ਆਉਣ ਵਾਲੇ ਸਮੇਂ 'ਚ ਇੱਕ ਵੱਡੀ ਮੁਹਿੰਮ ਦਾ ਰੂਪ ਵੀ ਧਾਰਨ ਕਰ ਸਕਦਾ, ਅਤੇ ਅਸੀਂ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦੇ ਹਾਂ, ਔਰ ਇਹਨਾਂ ਨੂੰ ਅਗਵਾਈ ਵੀ ਦੇਣਾ ਆ, ਇਹਨਾਂ ਨੂੰ ਆਸ਼ੀਰਵਾਦ ਵੀ ਦੇਣਾ, ਅਤੇ ਇਹਨਾਂ ਤੋਂ ਕੋਲੋਂ ਅਸੀਂ ਆਪਣਾ ਹੌਸਲਾ ਵੀ ਲੈ ਕੇ ਜਾਂਦੇ ਹਾਂ ਕਿ ਆਉਣ ਵਾਲਾ ਜਿਹੜਾ ਭਵਿੱਖ ਹੈ, ਸਾਡੀ ਜਵਾਨੀ ਆ, ਉਹ ਚੰਗੇ ਪਾਸੇ ਵੱਲ ਇਹਨਾਂ ਦੇ ਜੋ ਪ੍ਰੇਰਨਾ ਦਾ ਇਹ ਮਤਲਬ ਆਪਣਾ ਵਿੱਢਿਆ, ਲੋਕਾਂ ਨੂੰ ਨਾਲ ਜੋੜਨ ਦਾ, ਨੌਜਵਾਨਾਂ ਨੂੰ ਨਾਲ ਜੋੜਨ ਦਾ, ਉਹ ਇਹਦੇ ਵਿੱਚ ਜਾਣੀ ਪੂਰੀ ਵਾਤਾਵਰਨ ਦੀ ਸਫਾਈ ਦੇ ਨਾਲ ਜਾਣੀ ਉਸ ਇਸ ਮੁਹਿੰਮ ਨੂੰ ਜਿਹੜਾ ਇਹਨਾਂ ਨੇ ਲਾਮਬੰਦ ਕੀਤਾ, ਅਸੀਂ ਇਸ ਗੱਲ ਦੀ ਬੜੀ ਸ਼ਲਾਘਾ ਕਰਦੇ ਹਾਂ। ਸਵੇਰਾ ਪੰਜਾਬ ਲਈ ਖੰਨਾ ਤੋਂ ਸੰਜੇ ਸੈਣੀ ਦੀ ਰਿਪੋਰਟ।
All World Open Challenge 17-time Gold Medalist Mia Rafiq Mohammed Pandit Maulvi Begum Tantrik Inna Chora Thagga To Savdan Specialist Vashikaran Sitta Number Love Marriage Pati Patni Ch Anban Videsh Ch Pakka Hona Karobar Da Na Chalana Sirf 31 Ghantiyan Vich Samadhan Free 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 Mia Rafiq Mohammed Mobile 84374946 देश दुनिया दी हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।